ਮਹਿਕ ਪੰਜਾਬ ਦੀ, ਬਸ ਰੁਕ ਜਾਓ ਰੋਲਿੰਗ ਬਾਈ ਜੀ ਥੋੜ੍ਹਾ ਜਿਹਾ ਪਿੱਛੇ ਹਾਂ ਮਨਦੀਪ ਜੀ।
ਹੱਥਾਂ ਚੇਂਜ ਕਰੋ। ਮੈਡਮ ਜੰਪ ਜੰਪ, ਕੀ ਬਾਤ ਹੈ ਜੀ, ਐਕਸ਼ਨ। ਸ਼ਾਬਾਸ਼, ਵੈਰੀ ਗੁੱਡ। ਚੇਂਜ, ਗੁੱਡ, ਚਲਦੇ ਰਹੋ ਚਲਦੇ ਰਹੋ। ਡਿਸਟੈਂਸ ਕਟਾ ਵਧਾਓ ਬਾਈ, ਜੰਪ। ਬਹੁਤ ਅੱਛਾ ਜੀ, ਰੋ ਵੀਡੀਓ। ਉਹ ਥੋੜਾ ਘੁੰਮੋ ਇੱਧਰ ਨੂੰ, ਘੁੰਮੋ ਇੱਧਰ ਦੂਜੇ ਪਾਸੇ ਨੂੰ। ਹਾਂ, ਐਕਸ਼ਨ, ਦੌੜੋ। ਠੀਕ, ਰੋ ਵੀਡੀਓ। ਨੋ ਯਾਰ, ਸੋ
ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ WGS TV ਵੱਲੋਂ ਅਮਰੀਕਾ ਦੇ ਵਿੱਚ ਪੰਜਾਬੀ ਮੇਲਾ ਲਾਇਆ ਜਾ ਰਿਹਾ ਅਤੇ ਉਸ ਦੇ ਵਿੱਚ ਇਹ ਖੂਬਸੂਰਤ ਜੋੜੀ ਆਪਣੀ ਕਲਾ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੀ ਹੈ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨਾਲ ਕੋਈ ਸਵਾਲ ਜਵਾਬ ਮੈਂ ਤੁਹਾਡੇ ਲਈ ਕਰਨ ਜਾ ਰਿਹਾ। ਮੈਂ ਜਾਣ ਪਹਿਚਾਣ ਇਹਨਾਂ ਦੀ ਕਰਵਾ ਦਿਆਂ। ਮੇਰੇ ਨਾਲ ਬੈਠੇ ਨੇ ਇੱਧਰਲੇ ਪਾਸੇ ਮਨਜੀਤ ਰਾਹੀ ਜੀ ਅਤੇ ਇੱਧਰਲੇ ਪਾਸੇ ਦਲਜੀਤ ਕੌਰ, ਜਿਹੜੇ ਕਿ ਗਾਇਕੀ ਦੇ ਵਿੱਚ ਮਨਜੀਤ ਰਾਹੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਜਾਬੀਆਂ ਦੇ ਮਨੋਰੰਜਨ ਦੇ ਲਈ ਬਚਨ ਪਾਉਂਦੇ। ਰਾਹੀ ਸਾਹਿਬ, ਇਹ ਗੱਲ ਤਾਂ ਮੈਂ ਕਹਿ ਹੀ ਦਿੱਤੀ ਹੈ ਕਿ ਤੁਸੀਂ ਅਮੈਰੀਕਾ ਜਾ ਰਹੇ ਹਾਂ ਪੰਜਾਬੀ ਮੇਲੇ, ਸਾਡੇ ਉਹ ਦੋਸਤ ਜਿਹੜੇ ਬੈਠੇ ਨੇ ਤੁਹਾਨੂੰ ਪਿਆਰ ਕਰਦੇ ਆ, ਤੁਹਾਡਾ ਸਤਿਕਾਰ ਕਰਦੇ ਆ। ਜੇ ਮੈਂ ਉਹਨਾਂ ਦੇ ਲਈ ਤੁਹਾਡੇ ਤੋਂ ਇਹ ਪੁੱਛਾਂ ਕਿ ਤੁਸੀਂ ਗਾਉਣਾ ਕਦੋਂ ਸ਼ੁਰੂ ਕੀਤਾ? ਮੈਂ ਵੀ ਗਾਉਣਾ ਕਲਾਕਾਰ ਦੀ ਸਟੇਜ ਲੱਗਣ ਦੇ ਕਦੇ ਵੀ ਗਾਇਆ ਹੋਣਾ, ਚਲੋ ਸ਼ੌਂਕ ਵੱਧਦਾ ਰਿਹਾ। ਉਸ ਤੋਂ ਬਾਅਦ ਮੇਰਾ ਦਲਜੀਤ ਕੌਰ ਨਾਲ ਸੈੱਟ ਬਣਿਆ, ਉਸ ਤੋਂ ਮਗਰੋਂ ਅਸੀਂ ਦੁਨੀਆ ਵੀ ਬਣ ਗਏ। ਉਸ ਤੋਂ ਮਗਰੋਂ ਅਸੀਂ ਕੋਈ ਟੈਸਟ ਰਿਲੀਜ਼ ਕਰਵਾਈ, ਉਹ ਵੀ ਸਾਨੂੰ ਚੰਗਾ ਹੁੰਗਾਰਾ ਮਿਲਿਆ ਟੈਂਟਲ ਕੰਪਨੀ ਵੱਲੋਂ। ਉਸ ਤੋਂ ਮਗਰੋਂ ਅਸੀਂ ਹੋਰ ਕਾਫੀ ਟੈਸਟਾਂ ਕਰਵਾਈਆਂ। ਸਾਡੀ ਪਹਿਲੀ ਕੈਸਟ ਕਿਹੜੀ ਸੀ? ਸਾਡੀ ਪਹਿਲੀ ਕੈਸਟ ਸੀ ਟੈਂਟਲ ਕੰਪਨੀ ਰਿਕਾਰਡ ਕਰੀ। ਉਸ ਤੋਂ ਬਾਅਦ ਤੁਸੀਂ ਹੋਰ ਕੈਸਟਾਂ ਵੀ ਉਸੇ ਕੰਪਨੀ ਰਿਕਾਰਡ ਕੀਤੀਆਂ? ਤਿੰਨ ਚਾਰ ਕੈਸਟਾਂ ਮੇਰੀਆਂ ਕੋਸ ਕੰਪਨੀ ਨੇ ਕੀਤੀਆਂ, ਕੰਨਾ ਵੱਟੀ ਫਿਰੋ ਨੇ ਕੀਤੀ, ਯਾਰ ਦੇ ਹਵਾਲੇ ਕੈਮੀਕਲ ਕੰਪਨੀ ਨੇ ਰਿਲੀਜ਼ ਕੀਤੀ। ਉਸ ਤੋਂ ਮਗਰੋਂ ਜਿਸ ਤਰ੍ਹਾਂ ਪਹਿਲ ਕੰਪਨੀ ਬਠਿੰਡੇ ਵਾਲਿਆਂ ਨੇ ਮੇਰੀ ਕੈਸਟ ਰਿਲੀਜ਼ ਕੀਤੀ, ਭੋਲ ਨੇ ਸ਼ਾਬ ਛੱਡ ਕੇ, ਅਤੇ ਹੁਣ ਸਾਡੀ ਪਹਿਲੀ ਟੋਮ ਕੰਪਨੀ ਨੇ ਕੈਸਟ ਰਿਲੀਜ਼ ਕੀਤੀ ਹੈ ਜਿਹੜੇ ਮਿੱਠੀਆਂ ਗੋਲੀਆਂ, ਉਹਦੇ ਵਿੱਚ ਮਾਨ ਸਾਹਿਬ ਦਾ ਗੀਤ ਹੈ ਟੈਂਟੇ ਵਾਲਾ ਬਾਈ ਤੇਰਾ ਕੀ ਲੱਗਦਾ, ਬਹੁਤ ਮਸ਼ਹੂਰ ਗੀਤ ਹੈ ਤੁਹਾਡਾ ਟੈਂਟੇ ਵਾਲਾ ਭਾਈ। ਚੰਗਾ ਸਾਨੂੰ ਭਰਾਵਾਂ ਨੇ ਸਰੋਤਿਆਂ ਨੇ ਹੁੰਗਾਰਾ ਦਿੱਤਾ, ਅਤੇ ਅਸੀਂ ਉਹਨਾਂ ਦੀ ਜੋ ਹਾਂ ਉਹ ਸਰੋਤਿਆਂ ਦੀ ਬਦੌਲਤ ਸਾਡੇ ਪੰਜਾਬੀਆਂ ਦੀ ਬਦੌਲਤ ਜੀ। ਠੀਕ ਹੈ, ਮੈਂ ਜੇ ਤੁਹਾਡਾ ਹੁਕਮ ਹੋਵੇ ਤਾਂ ਦਲਜੀਤ ਕੌਰ ਨਾਲ ਇੱਕ ਦੋ ਗੱਲਾਂ, ਮਤਲਬ ਮੇਰਾ ਨਹੀਂ ਅਕਸਰ ਤੁਹਾਡੇ ਹੁਕਮ ਤੋਂ ਬਿਨਾਂ ਤਾਂ ਪਤਾ ਵੀ ਨਹੀਂ ਚੱਲ ਸਕਦਾ ਤੁਹਾਡਾ, ਕਿਉਂਕਿ ਸਾਰਾ ਅਧਿਕਾਰ ਹੈ ਇਕੱਲੇ ਤੁਸੀਂ ਨਾਲ ਗੌਰ ਵਾਲੇ। ਮੈਂ ਨਹੀਂ ਕਹਿੰਦਾ, ਸਿਆਣੇ ਕਹਿੰਦੇ ਲਕਸ਼ਮੀ ਦੇ ਮੂੰਹ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਗਾਉਣਾ ਮਤਲਬ ਕਦੋਂ ਸ਼ੁਰੂ? ਇਹਨਾਂ ਨੇ ਵਿੱਚ ਤੁਸੀਂ ਮਤਲਬ ਇਕੱਲੇ ਵੀ ਗਾਉਂਦੇ ਰਹੇ ਪਹਿਲਾਂ? ਥੋੜ੍ਹਾ ਜਿਹਾ ਉੱਚੀ ਸੁਣਾਉਣਾ ਜੀ, ਉਹ ਅਮਰੀਕਾ ਦੇ ਵਿੱਚ ਦੇਖੋ ਕਿੰਨੀ ਦੂਰ ਅਸੀਂ ਤੁਹਾਡੀ ਆਵਾਜ਼ ਹੈ ਜਿਹੜੀ ਲੋਕ ਸੁਣਨ ਨੂੰ ਤਿਆਰ ਹੈ। ਮੈਂ ਸਭ ਤੋਂ ਪਹਿਲਾਂ ਜੀ ਲੁਧਿਆਣੇ ਯੂਨੀਵਰਸਿਟੀ ਵਿੱਚ ਗਾਇਆ ਸੀਗਾ, ਉੱਥੇ ਇੱਕ ਨਮਾਇਸ਼ ਲੱਗੀ ਸੀਗੀ ਬਹੁਤ ਵੱਡੀ, ਅਤੇ ਉਦੋਂ ਮੈਂ ਸਿਲਾਈ ਸਿੱਖਦੀ ਸੀ, ਅਤੇ ਉੱਥੇ ਮੈਂ ਗਾਇਆ, ਅਤੇ ਉਹ ਪ੍ਰੋਗਰਾਮ ਤਿੰਨ ਚਾਰ ਦਿਨ ਟੀ ਵੀ 'ਤੇ ਦਿਖਾਉਂਦੇ ਰਹੇ, ਅਤੇ ਮੈਨੂੰ ਉਹਦੇ ਨਾਲ ਹੀ ਸ਼ੌਕ ਬਣ ਗਿਆ ਹੋ ਗਿਆ ਵੀ ਗਾਉਣਾ ਚਾਹੀਦਾ। ਹੁਣ ਤੁਸੀਂ ਕਿਉਂਕਿ ਮੈਂ ਗੱਲ ਜਿਹੜੀ ਨੋਟ ਕੀਤੀ ਹੈ ਜੀ, ਉਹ ਇਹ ਆ ਕਿ ਗਾਇਕੀ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਰੁਝਾਨ ਗਾਣਿਆਂ ਦਾ ਘੱਟ ਗਿਆ, ਅਤੇ ਇਹਦਾ ਕਾਰਨ ਮਤਲਬ ਉਹਦੇ ਵਿੱਚ ਇਹ ਹੈ ਜੀ, ਜਿਹੜਾ ਵੈਸਟਰਨ ਯੂਥ ਚੱਲਿਆ ਸੀ, ਭੰਗੜਾ ਵੀ ਚੱਲੀ ਸੀ ਸਾਡੇ ਪੰਜਾਬ ਦੇ ਵਿੱਚ। ਹਾਂਜੀ ਹਾਂਜੀ, ਪਹਿਲਾਂ ਬਾਹਰ ਮੈਂ ਇੰਗਲੈਂਡ ਗਿਆ, ਨਾਰਵੇ ਗਿਆ, ਸਕੋਟਲੈਂਡ ਗਿਆ, ਅਤੇ ਉੱਥੇ ਹੀ ਮੈਂ ਸੰਬੰਧ ਮੇਰੇ ਵਿੱਚ ਟੂਰ ਲਾਇਆ ਸੀ, ਉੱਥੇ ਕਾਫੀ ਮੈਂ ਦੇਖਿਆ ਵੈਸਟਰਨ ਯੂਥ ਦੇ ਵਿੱਚ, ਮੈਂ ਆਪ ਵੀ ਗਾ ਕੇ ਆਇਆ ਉੱਥੇ, ਲੇਕਿਨ ਮੈਨੂੰ ਉਹ ਮਿਊਜ਼ਿਕ ਪਸੰਦ ਨਹੀਂ ਆਇਆ। ਠੀਕ ਹੈ, ਇਸ ਗੱਲ ਕਰਕੇ ਅਸੀਂ ਦੁਗਾਣਿਆਂ ਦੀ ਜਿਹੜੀ ਰੀਲ ਚੱਲੀ ਹੁੰਦੀ, ਹੁਣ ਵੈਸੇ ਕਾਫੀ ਲੋਕ ਸਾਨੂੰ ਦੁਗਾਣਿਆਂ ਵਾਸਤੇ ਬੁੱਕ ਕਰਦੇ ਆ, ਜਿਸ ਤਰ੍ਹਾਂ ਕਿ ਅਸੀਂ ਹੁਣ ਅਮਰੀਕਾ ਦੇ ਟੂਰ 'ਤੇ ਜਾ ਰਹੇ ਹਾਂ, ਉਹਦੇ ਵਿੱਚ ਵੀ ਅਸੀਂ ਦੁਗਾਣਿਆਂ ਵਾਸਤੇ ਦੁਗਾਣਿਆਂ ਕਰਕੇ ਜਾ ਰਹੇ ਹਾਂ, ਅਤੇ ਇਸ ਲਈ ਹੁਣ ਦੁਗਾਣਿਆਂ ਦਾ ਯੁੱਗ ਫਿਰ ਆਉਂਦਾ ਜਾ ਰਿਹਾ, ਵੱਧਦਾ ਜਾ ਰਿਹਾ, ਅਤੇ ਉਹ ਥੋੜ੍ਹਾ ਜਿਹਾ
ਆਪਣਾ ਜਿਹੜੇ ਵੈਸਟਰਨ ਮਿਊਜ਼ਿਕ ਦੀ ਗੱਲ ਮੈਂ ਤੁਹਾਨੂੰ ਦੱਸਦੀ ਹੈ ਉਹ ਥੋੜ੍ਹਾ ਜਿਹਾ ਪੰਜਾਬ ਦੇ ਵਿੱਚ ਹੀ ਵੈਸੇ ਘੱਟ ਗਿਆ ਦੇਖਣ ਨੂੰ ਮਿਲਦਾ ਉਹ। ਤੁਸੀਂ ਵੀ ਇਹ ਨੋਟ ਕੀਤਾ ਹੀ ਹੋਣੀਆਂ ਗੱਲ ਕਿ ਜਦੋਂ ਦੁਗਾਣਿਆਂ ਦਾ ਫਿਰ ਮੁੜ ਕੇ ਪੰਜਾਬ ਦੇ ਵਿੱਚ ਆਪਣੇ ਆ ਰਿਹਾ। ਤੁਸੀਂ ਮਤਲਬ ਇਹ ਗੱਲ ਬਤੌਰੇ ਦੁਗਾਣੇ ਗਾਉਣ ਦੇ ਕਰ ਗੁਰੂ ਮਹਾਰਾਜ ਵੀ ਕਹਿੰਦੇ ਵੀ ਸਾਰ ਆਪਣੇ ਗੁਰੂ ਮਹਾਰਾਜ ਵੀ ਸਾਧ ਸੰਗਤ ਸੱਚੀ ਵਸਦੇ ਤੇ ਸਰੋਤੇ ਵੱਡੇ ਹੁੰਦੇ ਇਹ ਸਰੋਤਿਆਂ ਨੇ ਪਸੰਦ ਕਰਨਾ ਹੁੰਦਾ। ਅਸੀਂ ਮੱਦੇ ਨਜ਼ਰ ਰੱਖ ਕੇ ਉਹਨਾਂ ਸਰੋਤਿਆਂ ਨੂੰ ਉਹਨਾਂ ਭੈਣਾਂ ਨੂੰ ਉਹਨਾਂ ਮਾਵਾਂ ਨੂੰ ਸਾਰਾ ਕੁਝ ਖਿਆਲ ਰੱਖ ਕੇ ਅਸੀਂ ਦੁਗਾਣਾ ਰਿਕਾਰਡ ਕਰਵਾਉਂਦੇ ਹਾਂ ਵੀ ਜਿਹੜਾ ਅਸੀਂ ਇੱਕ ਪਰਿਵਾਰਕ ਤੌਰ 'ਤੇ ਘਰ ਬੈਠ ਕੇ ਸੁਣ ਸਕਦੇ। ਰਜੀਤ ਕੌਰ ਜੀ, ਮੈਂ ਤੁਹਾਡੇ ਕੋਲ ਜਿਹੜਾ ਇੱਕ ਸਵਾਲ ਪੁੱਛਣਾ ਚਾਹੁੰਦਾ, ਕਾਫੀ ਚਿਰ ਦਾ ਮਤਲਬ ਮਨ 'ਚ ਰੜਕਦਾ ਵੀ ਕਦੇ ਕੋਈ ਜਿਹੜੀ ਫੀਮੇਲ ਸਿੰਗਰ ਮਿਲੇ ਤਾਂ ਉਹਨੂੰ ਪੁੱਛੇ, ਪੰਜਾਬੀ ਦੇ ਵਿੱਚ ਖਾਸ ਕਰਕੇ ਗਾਉਣ ਵਾਲੀਆਂ ਜਿਹੜੀਆਂ ਕੁੜੀਆਂ ਉਹਨਾਂ ਦੀ ਘਾਟ ਕਿਉਂ ਮਹਿਸੂਸ ਕੀਤੀ ਹੈ? ਦੇਖੋ ਜੀ, ਮੇਰੇ ਨਾਲ ਵੀ ਕੁੜੀਆਂ ਪੜ੍ਹਦੀਆਂ ਸੀਗੀਆਂ ਜਿਨ੍ਹਾਂ ਨੂੰ ਬਹੁਤ ਅੱਛਾ ਸ਼ੌਕ ਸੀਗਾ ਅਤੇ ਬਹੁਤ ਹੀ ਵਧੀਆ ਵਧੀਆ, ਲੇਕਿਨ ਹੁਣ ਮੈਂ ਸੋਚਦੀ ਹਾਂ ਕਿ ਚਲੋ ਮੈਂ ਤਾਂ ਅੱਗੇ ਆ ਗਈ ਥੋੜ੍ਹਾ ਨਹੀਂ ਬਹੁਤ ਅੱਗੇ ਆ ਗਈ, ਅਤੇ ਉਹ ਕੁੜੀਆਂ ਨੂੰ ਮੈਂ ਕਈ ਵਾਰ ਸੋਚਦੀ ਹਾਂ ਵੀ ਉਹ ਪਤਾ ਨਹੀਂ ਕਿੱਥੇ ਨੇ, ਵੀ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਹੈਗਾ, ਕੁਛ ਘਰ ਦੀ ਸਮੱਸਿਆ ਹੁੰਦੀ ਹੈ ਅਤੇ ਖਾਸ ਕਰਕੇ ਪਿੰਡਾਂ ਵਿੱਚ ਲੋਕ ਨਹੀਂ ਪਸੰਦ ਕਰਦੇ ਸਾਡੀ ਕੁੜੀ ਗਾਵੇ, ਕੁੜੀਆਂ ਨੂੰ ਸਟੇਜ 'ਤੇ ਆਉਣਾ ਹੀ ਪਸੰਦ ਨਹੀਂ ਕਰਦੇ, ਤੁਹਾਡਾ ਕਹਿਣ ਦਾ ਮਤਲਬ ਇਹ ਆ। ਮਤਲਬ ਤੁਸੀਂ ਉਹਨਾਂ ਮਾਂ ਬਾਪ ਨੂੰ ਕੁਛ ਕਹਿਣਾ ਚਾਹੁੰਦੇ ਜਾਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਜਿਹਦੇ ਵਿੱਚ ਅੱਛੀ ਕਲਾ ਹੈਗੀ ਉਹਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ, ਜਿਸ ਤਰ੍ਹਾਂ ਸਾਨੂੰ ਮੌਕਾ ਮਿਲਿਆ ਅਤੇ ਸਾਰੀਆਂ ਕੁੜੀਆਂ ਨੂੰ ਮੌਕਾ ਮਿਲਣਾ ਚਾਹੀਦਾ। ਅਤੇ ਅੱਗੇ ਤਾਂ ਪਿੰਡਾਂ ਵਿੱਚ ਇਹ ਹੁੰਦਾ ਸੀਗਾ ਵੀ ਪ੍ਰੋਗਰਾਮ ਕਿਤੇ ਲੱਗਣਾ, ਪੰਜਾਬੀ ਅਖਾੜਾ ਲੱਗਣਾ ਅਤੇ ਕੁੜੀਆਂ ਨੂੰ ਦੇਖਣ ਨਹੀਂ ਸੀ ਦਿੰਦੇ, ਹੁਣ ਤਾਂ ਬਹੁਤ ਫਰਕ ਪੈ ਚੁੱਕਿਆ ਅਤੇ ਬਹੁਤ ਸਮਾਂ ਬਦਲ ਗਿਆ ਉਸ ਹਿਸਾਬ ਨਾਲ। ਦਲਜੀਤ ਜੀ, ਮੈਂ ਇੱਕ ਸਵਾਲ ਜਿਹੜਾ ਤੁਹਾਨੂੰ ਵਿਸ਼ੇਸ਼ ਕਰਕੇ ਪੁੱਛਣਾ, ਬੜੇ ਕਿਸੋਂ ਮੇਰੇ ਮਨ ਦੇ ਵਿੱਚ ਸੀ ਕਿ ਕੋਈ ਫੀਮੇਲ ਸਿੰਗਰ ਮਿਲੇ ਅਤੇ ਉਸਨੂੰ ਸਵਾਲ ਕਰੀਏ। ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਗਾਉਣ ਵਾਲੀਆਂ ਕੁੜੀਆਂ, ਇਹਨਾਂ ਦੀ ਘਾਟ ਕਿਉਂ ਮਹਿਸੂਸ ਕੀਤੀ ਜਾਵੇ? ਗੱਲ ਇਹ ਹੈ ਜੀ, ਬਹੁਤ ਕੁੜੀਆਂ ਅੱਛਾ ਗਾਉਂਦੀਆਂ ਨੇ ਘੱਟ ਰਾਹੀ ਸਾਹਿਬ, ਗੱਲ ਇਹ ਆ ਵੀ ਮੈਂ ਪਹਿਲਾਂ ਦੱਸ ਹੀ ਚੁੱਕੇ ਹਾਂਜੀ ਕਿ ਤੁਸੀਂ ਅਮੈਰੀਕਾ ਦੇ ਵਿੱਚ ਪੰਜਾਬੀ ਮੇਲੇ ਦੇ ਵਿੱਚ ਸ਼ਿਰਕਤ ਕਰ ਰਹੇ ਹਾਂਜੀ, ਇੱਕ ਤਾਂ ਤੁਸੀਂ ਡਬਲਯੂ ਸੀ ਦੇ ਗੱਲ ਕਰੋ, ਇਹ ਦੱਸਿਓ ਵੀ ਤੁਸੀਂ ਦਲਜੀਤ ਕੌਰ ਜੀ ਨੂੰ ਨਾਲ ਹੀ ਲੈ ਕੇ ਜਾਂਦੇ ਹਾਂਜੀ ਮੈਮ, ਅਤੇ ਇਹ ਤਾਂ ਹੈ ਹੀ ਹੈ ਜੀ, ਦਲਜੀਤ ਕੌਰ ਤੋਂ ਬਗੈਰ ਤਾਂ ਮੈਨੂੰ ਹੱਥ ਹੋ ਜੂੰਗਾ ਜੀ, ਅਸਲੀ ਮਤਲਬ ਦੱਸਣਾ ਜ਼ਰੂਰੀ ਹੈ ਜੀ ਉਹਨਾਂ ਨੂੰ ਪਤਾ ਲੱਗੇ ਜੀ ਲਾਹੌਰ ਖਰਾਬ, ਅਤੇ ਵੈਸੇ ਤਾਂ ਤੁਹਾਡੀ ਜਿਹੜੀ ਆਵਾਜ਼ ਦਾ ਨਮੂਨਾ ਉਹ ਅਸੀਂ ਦਰਸ਼ਕਾਂ ਦੇ ਸਾਹਮਣੇ ਉੱਥੇ ਮੇਲੇ ਦੇ ਉੱਪਰ ਹੀ ਲਗਾਤਾਰ ਤੁਸੀਂ 3-4 ਘੰਟੇ ਗਾਉਣਾ, ਲੇਕਿਨ ਹੁਣ ਵੀ ਮੈਂ ਚਾਹੁੰਦਾ ਵੀ ਆਪਾਂ 2 ਮਿੰਟ ਜੇ ਗੱਲਾਂ ਕੀਤੀਆਂ ਤਾਂ ਤੁਸੀਂ ਥੋੜ੍ਹਾ ਬਹੁਤਾ ਨਮੂਨਾ ਪੇਸ਼ ਕਰ ਦਿਓ ਲੋਕਾਂ ਨੂੰ ਲੱਗੇ ਪੁਲਿਸ ਆਉਣ ਲੱਗੀ। ਓ ਤੂੰ ਹੱਸ ਕੇ ਨਾ ਬੋਲੇ ਭਾਬੀ, ਮੈਂ ਤਾਂ ਘਟਦਾ ਜਾਵਾਂ ਨੀ ਅੱਧੇ ਕਰਦਾ ਮਾਲਕ ਸਭ ਤੋਂ, ਪਿੱਛੋਂ ਰੋਟੀ ਖਾਵਾਂ ਨੀ ਆਪਣਾ ਹਿੱਸਾ ਵੇਚ ਵੱਟ ਕੇ, ਓ ਕਰਨੀ ਦੇਣਾ ਤੇਲਾ ਛੋਟੇ ਦਿਓਰੇ ਬਿਨਾ, ਤੈਨੂੰ ਕੌਣ ਦਿਖਾ ਦੂ ਮੇਲਾ ਨਿਊਯਾਰਕ ਦੇ ਵਿੱਚ, ਤੈਨੂੰ ਕੌਣ ਦਿਖਾ ਦੂ ਮੇਲਾ ਛੋਟੇ ਦਿਓਰੇ ਬਿਨਾ। ਮੇਰਾ ਖਿਆਲ ਜੀ ਮੈਂ ਨਾ ਬੋਲਾਂ ਤਾਂ
ਆਪਣੀ ਗੱਲ ਕੀ ਤੋ ਪਛਤਾਉਂਦੀ ਹੱਥ ਕੰਨਾ ਨੂੰ ਲਾਵਾਂ ਵਿਵੇਕ ਨੂਰ ਤੂੰ ਲੜਿਆ ਨਾ ਕਰ ਨਹੀਂ ਲੜਦਾ ਭਾਬੀ ਲੜਦੇ ਵਾਲੀ ਗੱਲ ਹੀ ਨਾ ਕਰਿਆ ਕਰ ਵਿਵੇਕ ਨੂਰ ਤੂੰ ਲੜਿਆ ਨਾ ਕਰ ਤੈਨੂੰ ਮੈਂ ਸਮਝਾਵਾਂ ਵੀ ਬਸੀ ਪਠਾਣਾ ਵਾਲਾ ਪੱਕਾ ਜਮਾ ਬਸੀ ਪਠਾਣਾ ਵਾਲਾ ਪੱਕਾ ਬਣਿਆ ਸਿਰੇ ਸ਼ਿਕਾਰੀ ਨੀ ਦਿਓਰ ਤੇ ਭਾਬੀ ਦੀ ਗੂੜੀ ਰਿਸ਼ਤੇਦਾਰੀ ਦਿਓਰ ਤੇ ਭਾਬੀ ਦੀ ਗੂੜੀ ਰਿਸ਼ਤੇਦਾਰੀ ਦਿਓਰ ਤੇ ਭਾਬੀ ਦੀ ਇਹ ਰਿਸ਼ਤੇਦਾਰੀ ਨੂੰ ਅਸੀਂ ਅਮਰੀਕਾ ਦੀ ਸਟੇਜ ਦੇ ਉੱਪਰ ਲਿਜਾ ਕੇ ਤੇ ਲੋਕਾਂ ਦੇ ਵਿੱਚ ਇਹਦਾ ਜਿਹੜਾ ਬਹੁਤ ਬਹੁਤ ਸ਼ੇਅਰ ਕਰਾਂਗੇ ਸੋ ਇਸ ਦੇ ਨਾਲ ਹੀ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੇ ਨਾਲ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕੀਤੀ ਆ ਅਤੇ ਅਸੀਂ ਇਹਨਾਂ ਨੂੰ ਮੇਲੇ ਦੇ ਵਿੱਚ ਲੈ ਕੇ ਆ ਰਹੇ ਹਾਂ ਤੁਸੀਂ ਥੋੜ੍ਹਾ ਜਿਹਾ ਇੰਤਜ਼ਾਰ ਕਰੋ ਬਹੁਤ ਬਹੁਤ ਸ਼ੁਕਰੀਆ ਨਜ਼ਦੀਕ ਆਓ ਚਲੋ ਹਾਂ।